ਇੱਦਾਂ ਤੁਸੀਂ ਸਾਰੇ ਤਾਂ ਅੱਜ ਆਪਾਂ ਵਲੋਗ ਦਾ ਪਾਰਟ 4 ਸ਼ੁਰੂ ਕਰ ਦੇਵਾਂਗੇ ਅਤੇ ਉਹਦੇ ਵਿੱਚ ਨਾ ਕੁਛ ਇੱਦਾਂ ਦੀਆਂ ਚੀਜ਼ਾਂ ਹੈ ਜਿਹੜੀਆਂ ਕਿ ਇੱਕ ਗਜਿੰਦਰ ਦੀ ਆਪਣੀ ਉਹ ਮਿਮਿਕਰੀ ਸੀਗੀ ਅਤੇ ਆਪਾਂ ਉਹ ਵੀ ਪਹਿਲਾਂ ਸ਼ੁਰੂ ਕਰਾਂਗੇ ਉਹਦੇ ਬਾਅਦ ਸੀਗੀਆਂ ਕੁਛ ਪੋਇਮਾਂ ਅਤੇ ਉਹਦੇ ਬਾਅਦ ਜਿਹੜੀ 10th ਕਲਾਸ 10th ਜੈਸਮੀਨ ਨੇ ਨਾ ਮੈਮ ਨੂੰ ਸਰਪ੍ਰਾਈਜ਼ ਦਿੱਤਾ ਉਹ ਸਾਰਾ ਕੁਛ ਇਸ ਵਲੋਗ ਵਿੱਚ ਆਊਂਗਾ ਤੁਸੀਂ ਅੱਗੇ ਦੇਖਣ ਨੂੰ ਬੜੇ ਹੁਣ ਤੁਸੀਂ ਉਹ ਵਾਲਾ ਵਲੋਗ ਦੇਖੋ ਟੀਪੂ ਸਲਾਮ ਤੇ ਮਾਮਾ ਨੱਚਣਾ ਸੀ You have to be do your physical part. ਪਾਣੀ ਪੀਣ ਜਾਣ ਦੇ ਬਹਾਨੇ ਕਦੇ ਲੈਂਚਰ ਨਾ ਲਾਉਣਾ ਤੇ ਕਦੇ ਲੈ ਲਿਆ ਬਸ ਲੈਂਚਰ ਨਾ ਲਾਉਣਾ
ਪਾਣੀ ਪੀਣ ਦੇ ਬਹਾਨੇ ਕਦੇ ਲੈਕਚਰ ਨਾ ਲਾਉਣਾ ਤੇ ਕਦੇ ਲੈ ਲੈ ਬਸ ਯਾ ਲੈਕਚਰ ਲੰਘਾਉਣਾ ਅੱਜ ਕਿਹੜੀ ਮੈਡਮ ਨਹੀਂ ਆਈ ਇਹ ਸ਼ਰਤਾਂ ਲਗਾਉਣਾ ਇਹ ਪਲ ਬੜੇ ਚੇਤੇ ਆਉਣਗੇ ਇਹ ਪਲ ਬੜੇ ਚੇਤੇ ਆਉਣਗੇ ਕਦੇ ਟਾਈਮ ਸਿਰ ਕਲਾਸ ਨਾ ਆਉਣਾ ਤੇ ਕਦੇ ਘੜੀ ਨਾਲ ਸ਼ਰਤਾਂ ਲਾਉਣਾ ਕਦੇ ਟਾਈਮ ਸਿਰ ਕਲਾਸ ਨਾ ਆਉਣਾ ਤੇ ਕਦੇ ਘੜੀ ਨਾਲ ਸ਼ਰਤਾਂ ਲਾਉਣਾ ਤੇ ਖੜੇ ਪੈਰ ਬਹਾਨੇ ਬਣਾਉਣਾ ਇਹ ਪਲ ਬੜੇ ਚੇਤੇ ਆਉਣਗੇ ਇਹ ਪਲ ਬੜੇ ਚੇਤੇ ਆਉਣਗੇ ਇੱਕ ਦੂਜੇ ਦਾ ਮਜ਼ਾਕ ਉਡਾਉਣਾ ਤੇ ਕਦੇ ਬਿਨਾਂ ਗੱਲੋਂ ਖੋਲੂ ਪਾਉਣਾ ਕਦੇ ਪੇਪਰਾਂ ਨੂੰ ਨਕਲ ਚਲਾਉਣੀ ਤੇ ਕਦੇ ਬਿਨਾਂ ਬਣੇ ਪਰਚੀਆਂ ਬਣਾਉਣਾ ਇਹ ਪਲ ਬੜੇ ਚੇਤੇ ਆਉਣਗੇ ਇਹ ਪਲ ਬੜੇ ਚੇਤੇ ਆਉਣਗੇ ਅੱਜ ਵਿਦਾ ਲੈਂਦਿਆਂ ਹੋਏ ਦੁਆ ਇਹ ਕਰਦੇ ਹਾਂ ਕਿ ਤੁਹਾਡੇ ਸਕੂਲ ਦੇ ਨਵੇਂ ਵਿਦਿਆਰਥੀ ਹਮੇਸ਼ਾ ਸਕੂਲ ਦੀਆਂ ਹਵਾਵਾਂ ਨੂੰ ਮਹਿਕਾਉਣਗੇ ਇਸ ਸਕੂਲ ਵਿੱਚ ਬਿਤਾਏ ਇਹ ਪਲ ਬੜੇ ਚੇਤੇ ਆਉਣਗੇ ਇਸ ਸਕੂਲ ਵਿੱਚ ਬਿਤਾਏ ਇਹ ਪਲ ਬੜੇ ਚੇਤੇ ਆਉਣਗੇ ਅੱਜ ਮੈਂ ਸਾਰੀ 10ਵੀਂ ਜਮਾਤ ਵੱਲੋਂ ਫਾਦਰ ਜੀ ਸਿਸਟਰ ਜੀ ਪਿਆਰੇ ਅਧਿਆਪਕ ਅਤੇ ਸਾਰੇ ਜੋਸ ਪੁਆਇੰਟ ਪਰਿਵਾਰ ਦਾ ਸਾਨੂੰ ਸਾਰਿਆਂ ਨੂੰ 13 ਸਾਲ ਝੇਲਣ ਅਤੇ ਢੇਰ ਸਾਰਾ ਪਿਆਰ ਦੇਣ ਲਈ ਧੰਨਵਾਦ ਕਰਦੀ ਹਾਂ ਥੈਂਕ ਯੂ ਆਲ ਅਤੇ ਜਿਹੜਾ 10th ਜੈਸਮੀਨ ਨੇ ਮੈਮ ਨੂੰ ਇੰਨਾ ਵਧੀਆ ਸਰਪ੍ਰਾਈਜ਼ ਦਿੱਤਾ ਮੈਨੂੰ ਪਰਸਨਲੀ ਫੇਅਰਵੈਲ 'ਚ ਸਭ ਤੋਂ ਜ਼ਿਆਦਾ ਇਹ ਵਧੀਆ ਲੱਗਾ ਅਤੇ ਮੈਮ ਵੀ ਇਹ 'ਚ ਬਹੁਤ ਜ਼ਿਆਦਾ ਇਮੋਸ਼ਨਲ ਹੋ ਗਏ ਸੀ ਪਰ ਇਹ ਬਹੁਤ ਜ਼ਿਆਦਾ ਵਧੀਆ ਸੀਗਾ ਅਤੇ ਹੁਣ ਆਪਾਂ ਅੱਗੇ ਜਿਹੜਾ ਆਪਾਂ ਡਾਂਸ ਵਗੈਰਾ ਕੀਤਾ ਅਤੇ ਭੰਗੜਾ ਵਗੈਰਾ ਪਾਇਆ ਉਹ ਆ ਤੁਸੀਂ ਦੇਖ ਲਓ ਅਤੇ ਅੱਗੇ ਅੱਜ ਦਾ ਵਲੋਗ ਆਪਾਂ ਸ਼ਾਇਦ ਸੋਚ ਰਹੇ ਇਹਦੇ ਵਿੱਚ ਹੀ ਖਤਮ ਕਰ ਦੇਣਾ ਹੈ ਸਾਰਾ Yeah.
ਮੇਰੀਆਂ ਮੱਥੇ ਨੂੰ ਉੜ ਗਿਆ ਹਵਾ ਤੇ ਹੋਇਆ ਡਰਾਉਣਾ ਦੇਖੇ ਤੋਂ ਮੈਂ ਕਰਦਾ ਨਹੀਂ ਦੁਬਾਰਾ ਆਪਾਂ ਆ ਗਏ ਸੀ ਲੰਚ ਕਰਨ। ਲੰਚ ਵਿੱਚ ਸੀਗੀ ਮਤਲਬ ਦਾਲ ਸੀਗੀ, ਮਟਰ ਪਨੀਰ ਸੀਗਾ ਅਤੇ ਚਾਵਲ ਸੀਗੇ ਅਤੇ ਸਲਾਦ ਸੀਗਾ ਅਤੇ ਮਤਲਬ ਰੋਟੀ ਸੀਗੀ ਅਤੇ ਦਹੀਂ ਸੀਗਾ ਅਤੇ ਹੋਰ ਵੀ ਬਹੁਤ ਚੀਜ਼ਾਂ ਸੀਗੀਆਂ। ਉਹਦੇ ਬਾਅਦ ਆਪਾਂ ਅਤੇ ਹੁਣ ਭਾਈ ਨੇ ਪਲੇਟਾਂ ਭਰੀਆਂ ਘਰੇ ਨਹੀਂ ਲੈ ਕੇ ਜਾਣਾ, ਘਰੇ ਹੀ ਲੈ ਕੇ ਜਾਣਾ। ਸਰ ਜੀ ਕਾਕਾ ਤਾਂ ਟ੍ਰੇਨ ਰੋਕਣੀ ਲਾਲ ਗੋਲ ਪੈ ਗਿਆ ਹਾਂ ਲੋਕਾਂ ਤੋਂ ਮੁੰਡਾ ਦਬਾਉਂਦਾ ਹੀ ਨੀ ਪਿਆ, ਪਤਾ ਨੀ ਕੀ ਚੱਕਰ ਦੇਖ ਲੋ ਬਹਿਰੇ ਬਹਿਰੇ ਆ ਬਹਿਰੇ ਤੇਰਾ 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 ਕੋਟ ਪੈਂਟ ਕਿੱਥੇ ਆ ਤੂੰ ਆ ਕਿਹੜਾ ਪਲੇ ਹਾਂ ਦੇਖ ਲੋ ਬਹਿਰੇ ਵਾਲੇ ਕੱਪੜੇ ਆ ਪੂਰੇ ਬਹਿਰੇ ਵਾਲੇ ਥੋੜ੍ਹਾ ਜਿਹੜਾ ਸਾਈਡ ਤੱਕ ਕਰ ਲੱਗਾ ਕਿ ਜ਼ਰੂਰ ਮੈਂ ਕਿ ਵੀਡੀਓ ਜਿਹੜੀ ਇਹ ਫੋਨ 'ਚ ਜ਼ਰੂਰ ਪਾਉਣਾ ਹੈਗਾ, ਆਪਾਂ ਵਲੋਗ ਵਲੋਗ 'ਚ ਪਾਇਆ ਜਾਂ ਇੱਧਰ ਇੱਧਰ ਕੁੜੀਆਂ ਵਗੈਰਾ ਨੱਚਦੀਆਂ ਸੀਗੀਆਂ ਅਤੇ ਇੱਧਰ ਸਾਰੇ ਆਪਣੇ ਮੁੰਡੇ ਵਗੈਰਾ ਰੋਟੀ ਰੋਟੀ ਖਾਣ ਲੱਗੇ ਸੀਗੇ ਕਿਉਂਕਿ ਪਹਿਲਾਂ ਜਿਹੜੇ ਮੁੰਡੇ ਸਾਰੇ ਨੱਚ ਲਏ ਸੀ ਅਤੇ ਕੁੜੀਆਂ ਨੱਚਣ ਲੱਗ ਗਈਆਂ ਸੀਗੀਆਂ ਅਤੇ ਹੁਣ ਕੁੜੀਆਂ ਵਗੈਰਾ ਨੱਚ ਲਿਆ ਸੀਗਾ ਅਤੇ ਆਪਾਂ ਇੱਧਰ ਚੱਲੇ ਸੀ ਫੋਟੋਆਂ ਫੋਟੋਆਂ ਕਰਾਉਣ ਅਤੇ ਇੱਧਰ ਸਾਰੇ ਫੋਟੋਆਂ ਫੋਟੋਆਂ ਕਰਾਉਂਦੇ ਸੀਗੇ ਅਤੇ ਆਪਾਂ ਇੱਧਰ ਅੱਗੇ ਜਾਵਾਂਗੇ ਅਤੇ ਬਾਕੀ ਸਾਰਿਆਂ ਦਾ ਵੀ ਆਪਾਂ ਵਲੋਗ ਬਣਾਵਾਂਗੇ ਕਿਉਂਕਿ ਇਹਨਾਂ ਸਾਰਿਆਂ ਨੇ ਆਪਾਂ ਨੂੰ ਕਿਹਾ ਸੀ ਵਲੋਗ ਦੇ ਵਿੱਚ ਜ਼ਰੂਰ ਲੈਣਾ ਆ ਅਤੇ ਆਹ ਸਾਰੇ ਦੇਖ ਲਓ ਸਾਡੀ ਕਲਾਸ ਦੇ ਆ ਸੁਖਮਨ ਨੂੰ ਦੇਖ ਲਓ ਅਤੇ ਜਸਲੀਨ ਨੂੰ ਅਤੇ ਆ ਬਾਕੀ ਸਾਡੀ ਕਲਾਸ ਦੇ ਬੱਸੀ ਭਾਅ ਜੀ ਫੋਟੋਆਂ ਕਰਾਉਣ ਲੱਗੇ ਹੋ ਸਾਰਿਆਂ ਨੂੰ ਅਤੇ ਬਾਕੀ ਆਹ ਵੀ ਸਾਡੀ ਕਲਾਸ ਦੇ ਅਤੇ ਆਹ ਮੈਨੂੰ ਕਹੀ ਜਾਂਦੀ ਫੋਟੋ ਕਰਾ ਲਓ ਫੋਟੋ ਕਰਾ ਲਓ, ਪਰ ਆਪਾਂ ਤਾਂ ਵਲੋਗ ਬਣਾ ਰਹੇ ਸੀਗੇ ਆਪਾਂ ਸਪੈਸ਼ਲ ਕਹੀ ਲੈਣ ਨੂੰ ਅਤੇ ਆਹ ਵੀ ਦੇਖ ਸਕਦੇ ਵੀ ਸਾਡੀ ਕਲਾਸ ਦੇ ਆ ਅਤੇ ਬਾਕੀ ਇੱਧਰ ਸਾਰੇ ਆਪਣੇ ਬੰਦੇ ਫੋਟੋਆਂ ਫੋਟੋਆਂ ਕਰਾ ਰਹੇ ਸੀ ਤੁਹਾਡਾ ਆਪਾਂ ਫੋਟੋਆਂ ਫੋਟੋਆਂ ਹੀ ਕਰਾਈਆਂ ਹੋਰ ਕੁਛ ਨਹੀਂ ਕਿਹਾ ਕੀਤਾ ਅਤੇ ਉਹਦੇ ਨਾਲ ਹੀ ਨਾ ਫੋਟੋਆਂ ਕਰਾਉਣ ਤੋਂ ਬਾਅਦ ਟਾਈਮ ਲੰਘਣ ਲੱਗ ਗਿਆ ਸੀ ਵੀ ਫੇਅਰ ਵਾਲੀ ਤਰ੍ਹਾਂ ਖਤਮ ਹੋ ਗਈ ਸੀ ਅਤੇ ਸਾਰੇ ਨੱਚਣਾ ਨੱਚਣਾ ਬੰਦ ਕਰ ਦਿੱਤਾ ਅਤੇ ਸਾਰੇ ਹੁਣ ਆਪਣੇ ਘਰ ਜਾ ਰਹੇ ਸੀਗੇ ਅਤੇ ਉਸੇ ਨਾਲ ਹੀ ਆਪਾਂ ਜਿਹੜੀਆਂ ਆਪਣੀਆਂ ਫੋਟੋਆਂ ਫੋਟੋਆਂ ਕਰਾਈਆਂ ਹਰ ਕਿਸੇ ਨਾਲ ਅਤੇ ਸਾਰੇ ਕਰਾ ਵੀ ਰਹੇ ਸੀਗੇ ਪਰ ਬਾਅਦ ਵਿੱਚ ਮੈਂ ਸਾਰੀਆਂ ਮੈਮਰੀਜ਼ ਜਿਹੜੀਆਂ ਆਪਣੀਆਂ ਯਾਦ ਆਉਣੀਆਂ ਹੈ। ਜੇ ਤੁਹਾਨੂੰ ਵਲੋਗ ਵਧੀਆ ਲੱਗਾ ਚੈਨਲ ਲਾਈਕ ਸਬਸਕ੍ਰਾਈਬ ਜਾਂ ਸ਼ੇਅਰ ਕਰ ਦਿਓ ਅਤੇ ਬਾਕੀ ਵਲੋਗ ਵੀ ਦੇਖਣ ਨੂੰ ਬਣੇ ਰਹੋ ਅਤੇ ਆਪਾਂ ਇਹ ਪਲੇਲਿਸਟ ਬਣਾ ਤੀ ਆ, ਤੁਸੀਂ ਉੱਥੋਂ ਵੀ ਦੇਖ ਸਕਦੇ ਆ। ਥੈਂਕ ਯੂ ਫੋਰ ਵਾਚਿੰਗ, ਜੇ ਤੁਸੀਂ ਚਾਰੇ ਪਾਰਟ ਦੇਖਿਆ ਤਾਂ ਇਹ ਵੀ ਪਾਰਟ ਦੇਖ ਲਿਆ ਆ। ਥੈਂਕ ਯੂ ਫੋਰ ਵਾਚਿੰਗ ਇਸ ਵਲੋਗ ਗਾਇਜ਼, ਥੈਂਕ ਯੂ ਵੈਰੀ ਮਚ।